ਅਗਲੀ ਫੈਮਿਲੀ ਆ ਓਨਾਸਿਸ ਫੈਮਿਲੀ। ਇਹ ਇੱਕ ਗ੍ਰੀਕ ਪਰਿਵਾਰ ਆ ਜੋ ਕਿ ਬਹੁਤ ਪਾਵਰਫੁੱਲ ਹੈ। ਇਹ ਫੈਮਿਲੀ ਦਾ ਸਭ ਤੋਂ ਮਸ਼ਹੂਰ ਇਨਸਾਨ ਸੀ ਐਰਿਸਟੋਟਲ ਓਨਾਸਿਸ। ਇਹ ਇੱਕ ਗ੍ਰੀਕ ਅਤੇ ਅਰਜਨਟੀਨਾ ਦਾ ਇੱਕ ਵਪਾਰੀ ਸੀ। ਉਹ ਉਸ ਸਮੇਂ ਬਹੁਤ ਵੱਡਾ ਪਾਣੀ ਦੇ ਜਹਾਜ਼ਾਂ ਦਾ ਵਪਾਰ ਕਰਦਾ ਸੀ। ਵਰਲਡ ਵਾਰ ਟੂ ਵੇਲੇ ਇਹ ਦੋਵੇਂ ਪਾਸੇ ਦੇ ਬੰਦਿਆਂ ਨੂੰ ਬੰਦੂਕ ਅਤੇ ਤੇਲ ਸਪਲਾਈ ਕਰਦਾ ਸੀ। ਇੱਕ ਵਾਰੀ ਇਹ ਦੱਸਿਆ ਜਾਂਦਾ ਹੈ ਕਿ ਸਮੁੰਦਰ ਵਿੱਚ 450 ਗ੍ਰੀਕ ਜਹਾਜ਼ ਸਨ ਅਤੇ ਜਰਮਨੀ ਦੀ ਫੋਰਸ ਨੇ ਇਹਨਾਂ 450 ਜਹਾਜ਼ਾਂ 'ਤੇ ਹਮਲਾ ਕਰ ਦਿੱਤਾ। ਉਹਨਾਂ ਵਿੱਚੋਂ 410 ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿਹੜੇ 40 ਜਹਾਜ਼ ਬਚੇ ਉਹ 40 ਅਤੇ 40 ਜਹਾਜ਼ ਓਨਾਸਿਸ ਫੈਮਿਲੀ ਦੇ ਹੀ ਸਨ। ਇੰਨਾ ਹੀ ਨਹੀਂ, ਐਰਿਸਟੋਟਲ ਦਾ ਹਿਟਲਰ ਨਾਲ ਬਹੁਤ ਵਧੀਆ ਲਿੰਕ ਸੀ।